ਪ੍ਰਾਈਮ ਏਸ਼ੀਆ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਜ਼ਿੰਦਗੀ ਵਿੱਚ ਤੁਹਾਡੇ ਸਭਨਾਂ ਦਾ ਮੇਰੇ ਵੱਲੋਂ ਸੁਪਨ ਸੰਧੂ ਵੱਲੋਂ ਬਹੁਤ ਬਹੁਤ ਸਵਾਗਤ ਹੈ। ਨਾਜ਼ਰੀਨ, ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭੇ ਨੂੰ ਯਾਦ ਕਰਾਂਗੇ। ਦੋਸਤੋ, 20ਵੀਂ ਸਦੀ ਦਾ ਉਹ ਮਹਾਨ ਲਾਸਾਨੀ ਇਨਕਲਾਬੀ ਸ਼ਹੀਦ ਹੈ। ਬਹੁਮੁਖੀ ਪ੍ਰਤਿਭਾ ਦਾ ਜਗਦਾ ਮਗਦਾ ਦਗ ਦਗ ਕਰਦਾ ਜਲਾਓ, ਸੱਤ ਰੰਗਾ ਲਹਿਰੀਆ ਬਣ ਕੇ ਸਰਬ ਸਮਿਆਂ ਵਿੱਚ ਫੈਲ ਜਾਣ ਵਾਲਾ ਇੱਕ ਕੌਤਕ, ਸੋਚਾਂ ਅਤੇ ਸੁਪਨਿਆਂ ਵਿੱਚ ਅੰਬਰੀ ਉਡਾਨ ਦਾ ਸੁਪਨਾ, ਸੜਦੇ ਬਲਦੇ ਤੱਤੇ ਰਾਹਾਂ ਦਾ ਪਾਂਧੀ, ਜਿੱਧਰ ਤੁਰਿਆ ਨਵੀਆਂ ਰਾਹਾਂ ਉਲੀਕ ਦਿੱਤੀਆਂ। ਪਾਤਰ ਸਾਹਿਬ ਦੇ ਇਸ ਸ਼ੇਰ ਨੂੰ ਸਰਾਭਾ ਸੱਚ ਸਾਬਿਤ ਕਰਦਾ ਹੈ ਕਿ ਮੈਂ ਰਾਹਾਂ 'ਤੇ ਨਹੀਂ ਤੁਰਦਾ, ਮੈਂ ਤੁਰਦਾ ਤਾਂ ਰਾਹ ਬਣਦੇ ਨੇ। ਉਹ ਇੰਨੀ ਛੋਟੀ ਉਮਰ ਵਿੱਚ ਅਜਿਹੇ ਕਾਰਨਾਮੇ ਕਰ ਗਿਆ ਕਿ ਬੰਦਾ ਸੁਣ ਜਾਣ ਕੇ ਹੈਰਾਨ ਹੋ ਜਾਏ। 16 ਸਾਲ 10 ਮਹੀਨੇ ਅਤੇ 24 ਦਿਨ ਦੀ ਉਮਰ ਸੀ ਜਦੋਂ ਉਹ ਗਦਰ ਪਾਰਟੀ ਵਿੱਚ ਜਾ ਸ਼ਾਮਿਲ ਹੋਇਆ। ਜਿਸ ਦਿਨ ਗਦਰ ਅਖਬਾਰ ਦਾ ਸਹਾਇਕ ਸੰਪਾਦਕ ਬਣ ਕੇ ਪਹਿਲਾ ਅਖਬਾਰ ਪ੍ਰਕਾਸ਼ਿਤ ਕੀਤਾ, ਉਸ ਦਿਨ ਉਸਦੀ ਉਮਰ 17 ਸਾਲ 5 ਮਹੀਨੇ ਅਤੇ 5 ਦਿਨ ਸੀ। 19 ਸਾਲ 5 ਮਹੀਨੇ 22 ਦਿਨ ਦੀ ਉਮਰ ਵਿੱਚ ਉਹ ਫਾਂਸੀ ਦੇ ਤਖਤੇ 'ਤੇ ਝੂਲ ਗਿਆ। ਕੇਵਲ 2.5 ਸਾਲ ਦਾ ਰਾਜਨੀਤਿਕ ਜੀਵਨ, ਪਰ ਇਤਿਹਾਸ ਦੇ ਪੰਨਿਆਂ 'ਤੇ ਧਰੂ ਤਾਰੇ ਦੀ ਸਦੀਵੀ ਚਮਕ ਬਣ ਕੇ ਠਹਿਰ ਗਿਆ। ਸਰਾਭੇ ਨੇ ਪਾਰਟੀ ਵਰਕਰ ਦੀ ਸਧਾਰਨ ਸਤਹ ਤੋਂ ਉੱਪਰ ਉੱਠ ਕੇ ਸੰਘਰਸ਼ ਕੀਤਾ ਅਤੇ ਸੰਘਰਸ਼ ਦੇ ਅੰਬਰ ਵਿੱਚ ਇੱਕ ਜਰਨੈਲੀ ਉਡਾਨ ਭਰੀ। ਗਦਰ ਪਾਰਟੀ ਨਾਲ ਜੁੜਿਆ ਕੋਈ ਅਜਿਹਾ ਮਹੱਤਵਪੂਰਨ ਥਾਂ, ਘਟਨਾ ਜਾਂ ਪਲ ਨਹੀਂ ਜਿੱਥੇ ਸਰਾਭਾ ਹਾਜ਼ਰ ਨਾ ਹੋਵੇ। ਕੋਈ ਅਜਿਹਾ ਕਾਰਨਾਮਾ ਨਹੀਂ ਜਿਸ ਵਿੱਚ ਉਹਦੀ ਇੱਕ ਆਗੂ ਦੀ ਤਰ੍ਹਾਂ ਸ਼ਮੂਲੀਅਤ ਨਾ ਹੋਵੇ। 21 ਅਪ੍ਰੈਲ 1913 ਵਾਲੇ ਦਿਨ ਅਮਰੀਕਾ ਦੇ ਸ਼ਹਿਰ ਅਸਟੋਰੀਆ ਵਿੱਚ ਜਿਸ ਦਿਨ ਗਦਰ ਪਾਰਟੀ ਦੀ ਸਥਾਪਨਾ ਹੋਈ, ਉਹ ਉਸੇ ਦਿਨ ਤੋਂ ਹੀ ਪਾਰਟੀ ਨਾਲ ਦਿਲੋਂ ਜਾਨ ਦੇ ਨਾਲ ਜੁੜ ਗਿਆ ਸੀ ਅਤੇ ਆਪਣੇ ਆਖਰੀ ਸਾਹ ਉਸਨੇ ਪਾਰਟੀ ਅਤੇ ਲੋਕਾਂ ਲਈ ਲਿਆ। ਉਸ ਦਿਨ ਉਸਨੇ ਭਾਸ਼ਣ ਵੀ ਦਿੱਤਾ ਸੀ ਅਤੇ ਉਸਦੇ ਜੋਸ਼ੀਲੇ ਬੋਲ ਸੁਣ ਕੇ ਇਸ ਗੱਭਰੂ ਦੀ ਸਿਆਣਪ ਅਤੇ ਜਜ਼ਬੇ ਨਾਲ ਸਾਰੇ ਗਦਰੀ ਸਰਸ਼ਾਰੇ ਗਏ ਸੀ। 1896 ਵਿੱਚ ਲੁਧਿਆਣਾ ਜ਼ਿਲ੍ਹਾ ਦਾ ਪਿੰਡ ਸਰਾਭੇ ਵਿੱਚ ਸਰਦਾਰ ਮੰਗਲ ਸਿੰਘ ਅਤੇ ਬੀਬੀ ਸਾਹਿਬ ਕੌਰ ਦੇ ਘਰ ਜਨਮੇ ਕਰਤਾਰ ਨੂੰ ਛੋਟੀ ਉਮਰ ਵਿੱਚ ਹੀ ਮਾਂ ਪਿਓ ਦੀ ਮੌਤ ਦੇ ਵਿਛੋੜੇ ਦਾ ਸੱਲ ਸਹਿਣਾ ਪਿਆ ਅਤੇ ਉਸਦੀ ਪਰਵਰਿਸ਼ ਦੀ ਸਾਰੀ ਜ਼ਿੰਮੇਵਾਰੀ ਉਸਦੇ ਦਾਦਾ ਸਰਦਾਰ ਬਦਨ ਸਿੰਘ ਦੇ ਸਿਰ ਆਣ ਪਈ। ਸਰਾਭੇ ਦਾ ਦਾਦਾ ਉਸਨੂੰ ਬੇਇੰਤਹਾ ਪਿਆਰ ਕਰਦਾ ਸੀ। ਉਹ ਕਰਤਾਰ ਨੂੰ ਵਾਹੀ ਖੇਤੀ ਦੇ ਕੰਮ ਵਿੱਚ ਨਹੀਂ ਸੀ ਪਾਉਣਾ ਚਾਹੁੰਦਾ। ਉਸਦੀ ਇੱਛਾ ਸੀ ਕਿ ਕਰਤਾਰ ਪੜ੍ਹ ਲਿਖ ਕੇ ਕਿਸੇ ਚੰਗੇ ਰੁਜ਼ਗਾਰ 'ਤੇ ਲੱਗ ਜਾਵੇ। ਕਰਤਾਰ ਨੂੰ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਪ੍ਰਾਇਮਰੀ ਦੀ ਮੁੱਢਲੀ ਵਿੱਦਿਆ ਲੈਣ ਪਿੱਛੋਂ ਉਹ ਗੁੱਜਰਵਾਲ ਦੇ ਵਰਨੈਕੂਲਰ ਮਿਡਲ ਸਕੂਲ ਦਾ ਵਿਦਿਆਰਥੀ ਬਣਿਆ ਅਤੇ ਫਿਰ ਲੁਧਿਆਣਾ ਦੇ ਮਾਲਵਾ ਖਾਲਸਾ ਹਾਈ ਸਕੂਲ ਵਿੱਚ ਜਾ ਦਾਖਲ ਹੋਇਆ। ਲੋ ਜੀ, ਸਕੂਲ ਵਿੱਚ ਪੜ੍ਹਦਿਆਂ ਉਹ ਸਾਥੀਆਂ ਦਾ ਆਗੂ ਅਤੇ ਹਰਮਨ ਪਿਆਰਾ ਵਿਦਿਆਰਥੀ ਸੀ। ਚੁਸਤ ਚਲਾਕ ਵੀ ਬਹੁਤ ਸੀ, ਹਸਮੁੱਖ ਅਤੇ ਮਸਕਰੇ ਸੁਭਾਅ ਦਾ ਵੀ ਸੀ। ਦੂਜੇ ਵਿਦਿਆਰਥੀ ਉਹਦਾ ਸਾਥ ਮੰਨਣ ਲਈ ਉਤਾਵਲੇ ਰਹਿੰਦੇ ਸੀ। 9ਵੀਂ ਜਮਾਤ ਵਿੱਚੋਂ ਉੱਠ ਕੇ ਉਹ ਉੜੀਸਾ ਵਿੱਚ ਆਪਣੇ ਚਾਚੇ ਬਖਸ਼ੀਸ਼ ਸਿੰਘ ਕੋਲ ਚਲਾ ਗਿਆ ਅਤੇ ਉੱਥੇ 9ਵੀਂ 10ਵੀਂ ਜਮਾਤ ਪਾਸ ਕਰ ਲਈ। ਇੱਥੇ ਉਸਨੂੰ ਅੰਗਰੇਜ਼ੀ ਬੋਲਣ ਅਤੇ ਲਿਖਣ ਦਾ ਚੰਗਾ ਅਭਿਆਸ ਹੋ ਗਿਆ। ਉਹ ਅੰਗਰੇਜ਼ੀ ਸਾਹਿਤ ਪੜ੍ਹਨ ਵਿੱਚ ਦਿਲਚਸਪੀ ਲੈਣ ਲੱਗਾ। ਉਸ ਵੇਲੇ ਬੰਗਾਲ ਅਤੇ ਉੜੀਸਾ ਆਦਿ ਇਲਾਕਿਆਂ ਵਿੱਚ ਬਹੁਤ ਹੱਦ ਤੱਕ ਰਾਜਨੀਤਿਕ ਚੇਤਨਤਾ ਪੈਦਾ ਹੋ ਚੁੱਕੀ ਸੀ। ਕਰਤਾਰ ਸਿੰਘ ਸਰਾਭਾ ਸਕੂਲੀ ਪੁਸਤਕਾਂ ਤੋਂ ਇਲਾਵਾ ਹੋਰ ਸਾਹਿਤ ਵੀ ਪੜ੍ਹਦਾ ਸੀ, ਇਸ ਲਈ ਉਸ ਉੱਤੇ ਰਾਜਨੀਤਿਕ ਜਾਗ੍ਰਿਤੀ ਦਾ ਵੀ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ। ਦੇਸ਼ ਪ੍ਰੇਮ ਅਤੇ ਦੇਸ਼ ਸੇਵਾ ਦੀ ਭਾਵਨਾ ਉਸ ਅੰਦਰ ਜਿਹੜੀ ਅਜੀ ਜਗਣ ਲੱਗੀ। ਉਹਦਾ ਸੋਚਣ ਵਿਚਰਨ ਦਾ ਦਿਸ ਸਦਾ ਵਸੀ ਹੋ ਗਿਆ। ਘਰਦਿਆਂ ਦੀ ਸਲਾਹ ਨਾਲ ਉਸਨੇ ਅਮਰੀਕਾ ਵਿੱਚ ਜਾ ਕੇ ਰਸਾਇਣ ਵਿਗਿਆਨ ਵਿੱਚ ਉੱਚੀ ਵਿੱਦਿਆ ਪ੍ਰਾਪਤ ਕਰਨ ਦਾ ਫੈਸਲਾ ਕਰ ਲਿਆ ਅਤੇ ਫਿਰ ਕੀ ਸੀ, ਫਿਰ ਪਾਸਪੋਰਟ ਬਣਵਾ ਕੇ ਉਹ ਜਨਵਰੀ 1912 ਨੂੰ ਅਮਰੀਕਾ ਦੀ ਬੰਦਰਗਾਹ ਸਨ ਫਰਾਂਸਿਸਕੋ ਜਾ ਉਤਰਿਆ। ਅਮਰੀਕਾ ਵਿੱਚ ਪੁੱਜਣ 'ਤੇ ਉਸਨੂੰ ਹੋਰਨਾਂ ਹਿੰਦੀਆਂ ਵਾਂਗ ਗੁਲਾਮੀ ਦਾ ਅਹਿਸਾਸ ਬੜੀ ਸ਼ਿੱਦਤ ਦੇ ਨਾਲ ਸਤਾਉਣ ਲੱਗਾ। ਛੇਤੀ ਹੀ ਉਸਨੇ ਆਪਣਾ ਨਾਤਾ
ਗਦਰ ਪਾਰਟੀ ਦੇ ਨਾਲ ਜੋੜ ਲਿਆ। ਮੌਤ ਤੋਂ ਭੈੜਾ ਗੁਲਾਮੀ ਦਾ ਜੀਵਨ ਜਿਉਣ ਨਾਲ ਉਸਨੇ ਗੁਲਾਮੀ ਤੋਂ ਮੁਕਤੀ ਪਾਉਣ ਲਈ ਸੰਘਰਸ਼ ਕਰਕੇ ਮੌਕਾ ਆਉਣ 'ਤੇ ਮੌਤ ਨੂੰ ਵੀ ਵਰਨ 'ਤੇ ਚਿਰਕਾਲ ਤੱਕ ਜਿਉਣ ਦਾ ਨਿਰਣਾ ਕਰ ਲਿਆ। ਅਸਲ ਵਿੱਚ ਹੋਣਹਾਰ ਚੁਸਤ ਅਤੇ ਹੁਸ਼ਿਆਰ ਕਰਤਾਰ ਸਿੰਘ ਸਰਾਭਾ ਵਿੱਚ ਸ਼ੁਰੂ ਤੋਂ ਹੀ ਲੀਡਰਸ਼ਿਪ ਦੇ ਗੁਣ ਸੀ ਔਰ ਉਸਦੀ ਇਸੇ ਯੋਗਤਾ ਕਰਕੇ ਉਹਦੇ ਸਾਥੀ ਉਸਨੂੰ ਅਫਲਾਤੂ ਕਹਿ ਕੇ ਬੁਲਾਉਂਦੇ ਸੀ ਔਰ ਅਫਲਾਤੂ ਆਖਣ ਤੋਂ ਭਾਵ ਇਹ ਸੀ ਕਿ ਉਹ ਅਜੀਬ ਅਤੇ ਅਣਹੋਣੀਆਂ ਗੱਲਾਂ ਕਰਨ ਦੀ ਯੋਗਤਾ ਅਤੇ ਦਲੇਰੀ ਦਾ ਮਾਲਕ ਸੀ। ਸਰਾਭੇ ਦੇ ਕਈ ਵਿਦਿਆਰਥੀ ਸਾਥੀ ਉਹਦੀ ਫੁਰਤੀ ਅਤੇ ਤੇਜ਼ੀ ਤੋਂ ਪ੍ਰਭਾਵਿਤ ਹੋ ਕੇ ਮਖੌਲ ਨਾਲ ਉਸਨੂੰ ਉੱਡਣਾ ਸੱਪ ਵੀ ਆਖਦੇ ਸੀ। ਅੰਗਰੇਜ਼ ਸਾਮਰਾਜ ਦੇ ਮੱਥੇ ਵਿੱਚ ਡੰਗ ਮਾਰਨ ਦੀ ਤਿੱਖੀ ਤਾਂਗ ਨੇ ਉਸਨੂੰ ਹਵਾਈ ਜਹਾਜ਼ ਉਡਾਉਣ ਦੀ ਸਿੱਖਿਆ ਲੈਣ ਲਈ ਵੀ ਉਤੇਜਿਤ ਕੀਤਾ। ਉਹ ਸੁਰਿੰਦਰ ਅਜਿਹੀ ਸਮਰੱਥਾ ਨੂੰ ਮਹਿਸੂਸ ਕਰਦਿਆਂ ਹੀ ਉਹਦੇ ਸੀਨੀਅਰ ਸਾਥੀਆਂ ਨੇ ਉਸਨੂੰ ਫੌਜੀ ਸਿਖਲਾਈ ਲੈਣ ਅਤੇ ਹਵਾਈ ਜਹਾਜ਼ ਚਲਾਉਣ ਦੀ ਟ੍ਰੇਨਿੰਗ ਲੈਣ ਲਈ ਚੁਣਿਆ ਸੀ। ਸਰਾਭੇ ਵੱਲੋਂ ਜਹਾਜ਼ ਉਡਾਉਣ ਅਤੇ ਉਸਨੂੰ ਮੁਰੰਮਤ ਕਰਨ ਦੀ ਸਿਖਲਾਈ ਪ੍ਰਾਪਤ ਕਰਨਾ ਇਸ ਗੱਲ ਦਾ ਸੂਚਕ ਹੈ ਕਿ ਉਹ ਵਕਤ ਆਉਣ 'ਤੇ ਅਤੇ ਲੋੜ ਪੈਣ 'ਤੇ ਗਦਰ ਕਰਨ ਦੀ ਮੁਹਿੰਮ ਵਿੱਚ ਆਪਣੀ ਇਸ ਯੋਗਤਾ ਦਾ ਲਾਭ ਉਠਾ ਸਕਦਾ ਸੀ। ਨਾਲ ਹੀ ਇਹ ਤੱਥ ਉਸਦੀ ਤਕਨੀਕੀ ਅਤੇ ਵਿਗਿਆਨਿਕ ਸੋਝੀ ਵੱਲ ਵੀ ਸੰਕੇਤ ਕਰਦਾ ਹੈ। ਸਾਡੀ ਜਾਣਕਾਰੀ ਅਨੁਸਾਰ ਦੋਸਤੋ ਉਹ ਪਹਿਲਾ ਭਾਰਤੀ ਹੈ ਜਿਸਨੇ ਸਭ ਤੋਂ ਪਹਿਲਾਂ ਹਵਾਈ ਜਹਾਜ਼ ਉਡਾਉਣਾ ਸਿੱਖਿਆ। ਤੁਸੀਂ ਬਹੁਤ ਸਾਰੇ ਗੱਲ ਸੁਣ ਕੇ ਹੈਰਾਨ ਵੀ ਹੋਵੋਗੇ ਪਰ ਇਹ ਸੱਚ ਹੈ। ਛੋਟੀ ਉਮਰ ਵਿੱਚ ਹੀ ਉਹ ਆਪਣੇ ਅੰਦਰ ਬਹੁ ਪੱਖੀ ਵੱਡੀਆਂ ਸੰਭਾਵਨਾਵਾਂ ਲੁਕੋਈ ਬੈਠਾ ਸੀ ਜਿਨ੍ਹਾਂ ਦਾ ਪ੍ਰਗਟਾਵਾ ਸਮੇਂ ਸਮੇਂ ਲੋੜ ਪੈਣ 'ਤੇ ਉਹ ਕਰਦਾ ਰਿਹਾ। ਗਦਰ ਪਾਰਟੀ ਦੇ ਇਤਿਹਾਸ ਬਾਰੇ ਮੁੱਢਲੀ ਜਿਹੀ ਜਾਣਕਾਰੀ ਰੱਖਣ ਵਾਲੇ ਪਾਠਕ ਵੀ ਇਹ ਜਾਣਦੇ ਨੇ ਕਿ ਗਦਰ ਲਹਿਰ ਦੀ ਉਸਾਰੀ ਵਿੱਚ ਗਦਰ ਅਖਬਾਰ ਦਾ ਕਿੰਨਾ ਵੱਡਾ ਰੋਲ ਸੀ ਔਰ ਇਸ ਅਖਬਾਰ ਰਾਹੀਂ ਹੀ ਗਦਰ ਦਾ ਸੁਨੇਹਾ ਦੇਸ਼ ਵਿਦੇਸ਼ ਵਿੱਚ ਵੱਸਦੇ ਭਾਰਤੀਆਂ ਤੱਕ ਪਹੁੰਚਾ ਕੇ ਉਹਨਾਂ ਦੀ ਸੁੱਤੀ ਆਤਮਾ ਨੂੰ ਜਗਾਇਆ ਗਿਆ ਔਰ ਇਸ ਅਖਬਾਰ ਨੇ ਹੀ ਉਹਨਾਂ ਅੰਦਰ ਆਜ਼ਾਦੀ ਦੇ ਮਹੱਤਵ ਅਤੇ ਦੇਸ਼ ਲਈ ਕੁਰਬਾਨ ਹੋ ਜਾਣ ਦੇ ਪ੍ਰਚੰਡ ਜਜ਼ਬੇ ਨੂੰ ਉਭਾਰਿਆ। ਛੋਟੀ ਉਮਰ ਪਰ ਤੀਖਣ ਬੁੱਧੀ ਵਾਲੇ ਸਰਾਭੇ ਨੇ ਹੀ ਸਭ ਤੋਂ ਪਹਿਲਾਂ ਪ੍ਰੈਸ ਅਤੇ ਅਖਬਾਰ ਦੀ ਪ੍ਰਕਾਸ਼ਨਾ ਦੇ ਮਹੱਤਵ ਨੂੰ ਪਛਾਣਿਆ। ਗਦਰ ਅਖਬਾਰ ਦੀ ਪ੍ਰਕਾਸ਼ਨਾ ਸ਼ੁਰੂ ਕਰਨ ਵਿੱਚ ਕਰਤਾਰ ਸਿੰਘ ਸਰਾਭਾ ਦੀ ਪਹਿਲਕਦਮੀ ਦਾ ਮੁੱਖ ਯੋਗਦਾਨ ਸੀ। ਕਰਤਾਰ ਸਿੰਘ ਸਰਾਭਾ ਅਤੇ ਉਹਦੇ ਇੱਕ ਦੋ ਸਾਥੀ ਹੀ ਸਭ ਤੋਂ ਪਹਿਲਾਂ ਜਾ ਕੇ ਲਾਲਾ ਹਰਦਿਆਲ ਕੋਲ ਅਜਿਹਾ ਪੱਤਰ ਪ੍ਰਕਾਸ਼ਿਤ ਕਰਨ ਦਾ ਪ੍ਰਸਤਾਵ ਲੈ ਕੇ ਹਾਜ਼ਰ ਹੋਏ ਸੀ ਔਰ ਦੋਸਤੋ ਜਿਸ ਦਿਨ ਅਖਬਾਰ ਸ਼ੁਰੂ ਹੋਇਆ ਉਹ ਉਸੇ ਦਿਨ ਬਰਕਲੀ ਯੂਨੀਵਰਸਿਟੀ ਦੀ ਪੜ੍ਹਾਈ ਤਿਆਗ ਕੇ ਲਾਲਾ ਹਰਦਿਆਲ ਦੇ ਨਾਲ ਯੁਗਾਂਤਰ ਆਸ਼ਰਮ ਵਿੱਚ ਆ ਕੇ ਕੰਮ ਕਰਨ ਲੱਗ ਪਿਆ। ਸਰਾਭਾ ਲਾਲਾ ਹਰਦਿਆਲ ਵੱਲੋਂ ਉਰਦੂ ਵਿੱਚ ਲਿਖਿਆ ਪਰਚਾ ਪੰਜਾਬੀ ਵਿੱਚ ਅਨੁਵਾਦ ਕਰਦਾ ਅਤੇ ਪੰਜਾਬੀ ਦਾ ਗਦਰ ਉਹਦੀ ਆਪਣੀ ਹੱਥ ਲਿਖਤ ਵਿੱਚ ਛਪਦਾ। ਉਹ ਆਪ ਵੀ ਅਖਬਾਰ ਵਾਸਤੇ ਲੇਖ ਅਤੇ ਕਵਿਤਾਵਾਂ ਲਿਖਦਾ। ਦੋਸਤੋ ਜਦੋਂ ਅਜੇ ਰਘਵੀਰ ਦਿਆਲ ਅਤੇ ਬਾਬਾ ਹਰਨਾਮ ਸਿੰਘ ਟੁੰਡੀ ਲਾਟ ਯੁਗਾਂਤਰ ਆਸ਼ਰਮ ਵਿੱਚ ਸਹਾਇਤਾ ਲਈ ਨਹੀਂ ਸਨ ਪੁੱਜੇ ਤਾਂ ਸਰਾਭਾ ਅਤੇ ਲਾਲਾ ਹਰਦਿਆਲ ਹੀ ਯੁਗਾਂਤਰ ਆਸ਼ਰਮ ਵਿੱਚ ਰਹਿੰਦੇ ਸੀ। ਸਰਾਭਾ ਇਕੱਲਾ ਹੀ ਮਸ਼ੀਨ ਚਲਾਉਣ, ਅਖਬਾਰ ਲਈ ਲਿਖਣ ਜਾਂ ਅਖਬਾਰ ਛਾਪਣ ਦਾ ਉਪਰਾਲਾ ਕਰਦਾ ਸੀ। ਸੱਚੀ ਗੱਲ ਤਾਂ ਇਹ ਹੈ ਕਿ ਸਰਾਭਾ ਲਿਖਤੀ ਸ਼ਬਦ ਦੇ ਮਹੱਤਵ ਨੂੰ ਬੜੀ ਸ਼ਿੱਦਤ ਦੇ ਨਾਲ ਮਹਿਸੂਸ ਕਰਦਾ ਸੀ। ਇਸੇ ਲਈ ਭਾਰਤ ਪਹੁੰਚ ਕੇ ਵੀ ਪ੍ਰੈਸ ਲਾ ਕੇ ਇਨਕਲਾਬੀ ਸਾਹਿਤ ਛਾਪਣ ਦੀ ਯੋਜਨਾ ਉਹਦੇ ਏਜੰਡੇ ਉੱਤੇ ਸੀ ਪਰ ਸਮੇਂ ਤੋਂ ਪਹਿਲਾਂ ਜੰਗ ਲੱਗ ਜਾਣ ਕਰਕੇ ਗਦਰ ਕਰਨ ਦੀ ਕਾਹਲ ਪੈ ਗਈ ਅਤੇ ਦਿਨ ਰਾਤ ਦੇ ਅਣਥੱਕ ਰੁਝੇਵਿਆਂ ਕਰਕੇ ਉਹ ਪ੍ਰੈਸ ਲਾਉਣ ਅਤੇ ਪਰਚਾ ਛਾਪਣ ਦਾ ਸੁਪਨਾ ਪੂਰਾ ਨਾ ਕਰ ਸਕਿਆ। ਗਦਰ ਪਾਰਟੀ ਦਾ ਗਲੇ ਮਿਲਦੀਆਂ ਦੋ ਤਲਵਾਰਾਂ ਵਾਲਾ ਤਿੰਨ ਰੰਗਾ ਝੰਡਾ ਵੀ ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਹੀ ਡਿਜ਼ਾਈਨ ਕੀਤਾ ਹੋਇਆ ਸੀ। ਸੋ ਇਸ ਦੀ ਪੁਸ਼ਟੀ ਸਰਾਭੇ ਦੇ ਖਿਲਾਫ ਮੁਕੱਦਮੇ ਵਿੱਚ ਭੁਗਤਣ ਵਾਲੇ ਸਰਕਾਰੀ ਵਕੀਲ ਮਿਸਟਰ ਪਿੱਟਮੈਨ ਨੇ ਵੀ ਕੀਤੀ ਸੀ ਔਰ ਇਹ ਤੱਥ ਇਸ ਹਕੀਕਤ ਦੀ ਨਿਸ਼ਾਨਦੇਹੀ ਕਰਦਾ ਹੈ ਕਿ ਸਰਾਭਾ ਰੰਗਾਂ ਦੀ ਪਛਾਣ ਦੀ ਢੁਕਵੀਂ ਵਰਤੋਂ ਕਰਨ ਵਾਲਾ ਚਿੱਤਰਕਾਰ ਜਾਂ ਕਲਾਕਾਰ ਹੀ ਨਹੀਂ ਸੀ ਸਗੋਂ ਡੂੰਘੀ ਇਤਿਹਾਸਕ ਅਤੇ ਰਾਜਨੀਤਿਕ ਸਮਝ ਅਤੇ ਉੱਚੀ ਕਲਪਨਾ ਉਡਾਰੀ ਵਾਲਾ ਇੱਕ ਦੂਰਦਰਸ਼ੀ ਪ੍ਰਤਿਭਾਵਾਨ ਇਨਕਲਾਬੀ ਸੀ।
ਵੱਖ-ਵੱਖ ਲਿਖਤਾਂ ਵਿੱਚ ਖਿੰਡਰੇ ਹੋਏ ਇਤਿਹਾਸਕ ਹਵਾਲਿਆਂ ਵਿੱਚੋਂ ਉਹਦੀ ਬਹੁਮੁਖੀ ਪ੍ਰਤਿਭਾ ਦੇ ਸਾਨੂੰ ਅਨੇਕ ਝਲਕਾਰੇ ਮਿਲਦੇ ਨੇ। ਸ਼ਹੀਦ ਭਗਤ ਸਿੰਘ ਨੇ ਸਰਾਭੇ ਨੂੰ ਗਦਰ ਅਖਬਾਰ ਦਾ ਵੱਡਾ ਲਿਖਾਰੀ ਆ ਕੇ ਯਾਦ ਕੀਤਾ ਸੀ। ਦੋਸਤੋ, ਜੇ ਵੇਖਿਆ ਜਾਵੇ ਤਾਂ ਕਰਤਾਰ ਸਿੰਘ ਸਰਾਭਾ ਗਦਰ ਅਖਬਾਰ ਦਾ ਹੀ ਨਹੀਂ ਸਗੋਂ ਅਮਰੀਕਾ ਵਿੱਚ ਪੰਜਾਬੀ ਦਾ ਪਹਿਲਾ ਪੱਤਰਕਾਰ ਵੀ ਸੀ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਪੰਜਾਬੀ ਦਾ ਪਹਿਲਾ ਪੱਤਰਕਾਰ ਸੀ ਜਿਸ ਨੂੰ ਫਾਂਸੀ ਦੀ ਸਜ਼ਾ ਹੋਈ। ਉਹਦੇ ਗਦਰੀ ਸਾਥੀ ਇਸ ਗੱਲ 'ਤੇ ਇੱਕਮਤ ਸਨ ਕਿ ਉਹ ਜੋਸ਼, ਜਵਾਨੀ, ਬਹਾਦਰੀ, ਨਿਰਭਰਤਾ, ਸਵੈ ਭਰੋਸੇ, ਲੀਡਰਸ਼ਿਪ ਅਤੇ ਪੂਰੇ ਸਮਰਪਣ ਭਾਵ ਨਾਲ ਆਪਣੇ ਨਿਸ਼ਾਨੇ ਲਈ ਕੁਰਬਾਨ ਹੋ ਜਾਣ ਦੇ ਗੁਣਾਂ ਨਾਲ ਮਾਲਾਮਾਲ ਸੀ। ਨਿਡਰ ਅਤੇ ਬਹਾਦਰ ਇੰਨਾ ਕਿ ਜਦੋਂ ਕਾਮਾ ਗਾਟਾ ਮਾਰੂ ਜਹਾਜ਼ ਨੂੰ ਕੈਨੇਡਾ ਤੋਂ ਵਾਪਸ ਮੋੜ ਦਿੱਤਾ ਗਿਆ ਤਾਂ ਗਦਰ ਪਾਰਟੀ ਦੇ ਜ਼ਿੰਮੇਵਾਰਾਂ ਨੇ ਫੈਸਲਾ ਕੀਤਾ ਕਿ ਬਾਬਾ ਸੋਹਣ ਸਿੰਘ ਪੱਕਣਾ ਕਾਮਾ ਗਾਟਾ ਮਾਰੂ ਦੇ ਨਾਲ ਨਾਲ ਜਾਏ ਅਤੇ ਯੋਕੋਹਾਮਾ ਵਿੱਚ ਜਾ ਕੇ ਜਹਾਜ਼ ਦੇ ਮੁਸਾਫਰਾਂ ਨੂੰ ਮਿਲੇ ਅਤੇ ਉਹਨਾਂ ਨੂੰ ਇਨਕਲਾਬੀ ਲਾਈਨ ਸਮਝਾ ਕੇ ਹਥਿਆਰ ਵੀ ਦੇਵੇ। 200 ਪਿਸਤੌਲ ਅਤੇ 2000 ਗੋਲੀਆਂ 2 ਪੇਟੀਆਂ ਵਿੱਚ ਬੰਦ ਕਰਕੇ ਜਹਾਜ਼ 'ਤੇ ਇੱਕ ਕਮਰਾ ਰਿਜ਼ਰਵ ਕਰਕੇ ਜਹਾਜ਼ ਚੱਲਣ ਤੋਂ 1 ਘੰਟਾ ਪਹਿਲਾਂ ਇਹ ਪੇਟੀਆਂ ਕਰਤਾਰ ਸਿੰਘ ਸਰਾਭੇ ਨੇ ਕਮਰੇ ਵਿੱਚ ਰਖਵਾ ਦਿੱਤੀਆਂ ਸੀ। ਉਹ ਤਾਂ ਇਹ ਵੀ ਕਹਿੰਦਾ ਸੀ ਕਿ ਮੈਂ ਹਵਾਈ ਜਹਾਜ਼ ਰਾਹੀਂ ਕਾਮਾ ਗਾਟਾ ਮਾਰੂ 'ਤੇ ਹਥਿਆਰ ਸੁੱਟ ਆਉਂਦਾ, ਪਰ ਭਾਈ ਭਗਵਾਨ ਸਿੰਘ ਨੇ ਇਸ ਵਿੱਚ ਵੱਡਾ ਖਤਰਾ ਸਮਝ ਕੇ ਉਸਨੂੰ ਇੰਜ ਕਰਨੋਂ ਰੋਕ ਦਿੱਤਾ ਸੀ। ਇਹ ਵੇਰਵਾ ਕਰਤਾਰ ਸਿੰਘ ਸਰਾਭੇ ਦੀ ਦਲੇਰੀ ਅਤੇ ਜ਼ਿੰਮੇਦਾਰੀ ਦੀ ਭਾਵਨਾ ਨੂੰ ਵੀ ਦਰਸਾਉਂਦਾ ਹੈ ਅਤੇ ਉਸ ਵਿੱਚ ਵੱਡੇ ਕੰਮ ਕਰ ਸਕਣ ਦੀ ਵਡੇਰੀ ਸਮਰੱਥਾ ਵਿੱਚ ਸਾਥੀਆਂ ਦੇ ਭਰੋਸੇ ਦੀ ਗਵਾਹੀ ਵੀ ਦਿੰਦਾ ਹੈ। ਦੋਸਤੋ, ਜਦੋਂ ਉੱਤਰੀ ਅਮਰੀਕਾ ਤੋਂ ਦੇਸ਼ ਵਿੱਚ ਗਦਰ ਮਚਾਉਣ ਲਈ ਤੁਰੇ ਸਾਰੇ ਵੱਡੇ ਗਦਰੀ ਆਗੂ ਜਹਾਜ਼ਾਂ ਤੋਂ ਉੱਤਰਦਿਆਂ ਹੀ ਫੜ ਲਏ ਗਏ ਤਾਂ ਇਹ ਵੀ ਸਰਾਭਾ ਹੀ ਸੀ ਜਿਸ ਨੇ ਸਾਥੀਆਂ ਨਾਲ ਮਿਲ ਜੁੜ ਕੇ ਮੁੜ ਤੋਂ ਪਾਰਟੀ ਦਾ ਢਾਂਚਾ ਖੜ੍ਹਾ ਕੀਤਾ ਅਤੇ ਗਦਰ ਲਹਿਰ ਨੂੰ ਯੂਪੀ ਅਤੇ ਬੰਗਾਲ ਆਦਿ ਦੇ ਇਨਕਲਾਬੀਆਂ ਨਾਲ ਜੋੜ ਕੇ ਇਹਦਾ ਘੇਰਾ ਦੇਸ਼ ਵਿਆਪਕ ਬਣਾ ਦਿੱਤਾ। ਉਹਦੀ ਦਲੀਲ ਅਤੇ ਸ਼ਖਸੀਅਤ ਵਿੱਚ ਦੂਜੇ ਨੂੰ ਕੀਲ ਲੈਣ ਵਾਲੀ ਯੋਗਤਾ ਸੀ। ਔਰ ਇੱਕ ਵਾਰ ਰੇਲ ਗੱਡੀ ਵਿੱਚ ਸਫ਼ਰ ਕਰਦਿਆਂ ਉਹ ਇੱਕ ਹਵਾਲਦਾਰ ਨੂੰ ਮਿਲਿਆ ਅਤੇ ਉਸਨੂੰ ਸਾਫ਼ ਸਾਫ਼ ਕਹਿਣ ਲੱਗਾ ਕਿ ਤੂੰ ਨੌਕਰੀ ਕਿਉਂ ਨਹੀਂ ਛੱਡਦਾ, ਤੂੰ ਇਹ ਪੁਲਿਸ ਦੀ ਨੌਕਰੀ ਕਿਉਂ ਕਰਦਾ ਹੈ। ਨੌਜਵਾਨ ਮੁੰਡੇ ਨੂੰ ਜੋਸ਼ ਭਰਿਆ ਵੇਖ ਕੇ ਹਵਾਲਦਾਰ ਨੇ ਕਿਹਾ ਕਿ ਉਹ ਆਪਣੇ ਬੰਦਿਆਂ ਨੂੰ ਮੀਆਂ ਮੀਰ ਉਸ ਕੋਲ ਲੈ ਆਵੇ, ਅਸਲੇ ਖਾਨੇ ਦੀਆਂ ਚਾਬੀਆਂ ਮੇਰੇ ਹੱਥ ਵਿੱਚ ਨੇ, ਮੈਂ ਸਾਰੀਆਂ ਚਾਬੀਆਂ ਤੈਨੂੰ ਫੜਾ ਦੇਵਾਂਗਾ। ਸਰਾਭੇ ਦੀ ਜਰਨੈਲੀ ਪ੍ਰਤਿਭਾ ਨੂੰ ਪਛਾਣਨ ਅਤੇ ਵਡਿਆਉਣ ਵਿੱਚ ਗਦਰ ਲਹਿਰ ਦੇ ਹੋਰ ਸੀਨੀਅਰ ਆਗੂਆਂ ਨੇ ਕਿਸੇ ਪ੍ਰਕਾਰ ਦੀ ਹਿਚਕਚਾਹਟ ਨਹੀਂ ਵਿਖਾਈ। ਸ਼ਹੀਦ ਕਰਤਾਰ ਸਿੰਘ ਸਰਾਭੇ ਦੀ ਇਨਕਲਾਬੀ ਸ਼ਖਸੀਅਤ ਬਾਰੇ ਗੱਲਬਾਤ ਜਿਹੜੀ ਇਹ ਚੱਲ ਰਹੀ ਹੈ ਉਹਦੇ ਵਿੱਚ ਅਸੀਂ ਇਹ ਦੱਸਦੇ ਜਾਈਏ ਕਿ ਬਾਬਾ ਭਕਣਾ ਕਰਤਾਰ ਸਿੰਘ ਸਰਾਭੇ ਦੀ ਬੇਖੌਫ ਸ਼ਖਸੀਅਤ ਬਾਰੇ ਲਿਖਦੇ ਨੇ ਕਿ ਜਦੋਂ ਮੈਨੂੰ ਲੁਧਿਆਣੇ ਜੇਲ੍ਹ ਤੋਂ ਪੁਲਿਸ ਦੇ ਪਹਿਰੇ ਵਿੱਚ ਟਾਂਗੇ 'ਤੇ ਬਿਠਾ ਕੇ ਸਟੇਸ਼ਨ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਪਿੱਛੋਂ ਸਾਈਕਲ 'ਤੇ ਕਰਤਾਰ ਸਿੰਘ ਸਰਾਭਾ ਆਣ ਮਿਲਿਆ। ਉਹ ਖਤਰੇ ਵੇਲੇ ਸਭ ਤੋਂ ਅੱਗੇ ਰਹਿੰਦਾ ਸੀ। ਉਹ ਫੌਜੀ ਪਲਟਣਾਂ ਵਿੱਚ ਨਿਧੜਕ ਹੋ ਕੇ ਜਾਂਦਾ ਅਤੇ ਬਗੈਰ ਕਿਸੇ ਡਰ ਦੇ ਫੌਜੀਆਂ ਨੂੰ ਪ੍ਰੇਰਦਾ। ਉਹਦੀ ਇਸ ਨਿਡਰਤਾ ਦਾ ਫੌਜੀਆਂ ਉੱਤੇ ਇੰਨਾ ਅਸਰ ਹੁੰਦਾ ਕਿ ਉਹ ਆਜ਼ਾਦੀ ਦੀ ਜੰਗ ਵਿੱਚ ਸ਼ਾਮਲ ਹੋਣ ਲਈ ਫੌਰਨ ਤਿਆਰ ਹੋ ਜਾਂਦੇ। ਸੀਨੀਅਰ ਸਾਥੀਆਂ ਦੇ ਗ੍ਰਿਫਤਾਰ ਹੋ ਜਾਣ ਉਪਰੰਤ ਕਰਤਾਰ ਸਿੰਘ ਸਰਾਭਾ ਹੀ ਗਦਰ ਲਹਿਰ ਦੇ ਸਰਵ ਉੱਚ ਆਗੂ ਵਜੋਂ ਉੱਭਰ ਕੇ ਸਾਹਮਣੇ ਆਇਆ। ਭਾਵੇਂ ਦੂਜੇ ਇਨਕਲਾਬੀ ਉਸ ਤੋਂ ਉਮਰ ਵਿੱਚ ਵੱਡੇ ਸਨ, ਤਦ ਵੀ 18-19 ਸਾਲ ਦਾ ਇਹ ਨੌਜਵਾਨ ਆਪਣੀ ਸਮਰੱਥਾ, ਸਿਆਣਪ, ਸਿਰੜ, ਸਿਦਕ, ਸੰਵੇਦਨਸ਼ੀਲਤਾ, ਸਵੈ ਭਰੋਸੇ, ਸੂਰਮਗਤੀ ਅਤੇ ਕੁਰਬਾਨ ਹੋ ਜਾਣ ਦੇ ਬੇਖੌਫ ਜਜ਼ਬੇ ਦੀ ਬਦੌਲਤ ਛੇਤੀ ਗਦਰ ਲਹਿਰ ਦਾ ਕੇਂਦਰੀ ਧੁਰਾ ਅਤੇ ਪ੍ਰੇਰਨਾ ਸਰੋਤ ਬਣ ਗਿਆ। ਇਹ ਵੀ ਸੱਚ ਹੈ ਕਿ ਅਮਰੀਕਾ ਵਿੱਚ ਹੀ ਕਰਤਾਰ ਸਿੰਘ ਸਰਾਭਾ ਸੀ ਜਿਹੜਾ ਗੈਰ ਪੰਜਾਬੀ ਇਨਕਲਾਬੀ ਨੌਜਵਾਨਾਂ ਨਾਲ ਸੰਪਰਕ ਸਾਧਣ ਅਤੇ ਉਹਨਾਂ ਵਿੱਚ ਗਦਰ ਦਾ ਪ੍ਰਚਾਰ ਕਰਨ ਦਾ ਕੰਮ ਕਰਦਾ ਸੀ। ਭਾਰਤ ਆ ਕੇ ਵੀ ਸਰਾਭਾ ਸੀ ਜਿਸ ਨੇ ਬੰਗਾਲੀ ਅਤੇ ਹੋਰ ਪ੍ਰਾਂਤਾਂ ਦੇ ਇਨਕਲਾਬੀਆਂ ਨਾਲ ਰਾਬਤਾ ਬਣਾਉਣ ਦਾ ਉੱਦਮ ਕੀਤਾ ਅਤੇ ਰਾਸ ਬਿਹਾਰੀ ਬੋਸ ਪਾਰਟੀ ਦੀ ਅਗਵਾਈ ਕਰਨ ਲਈ ਲਾਹੌਰ ਆਣ ਪੁੱਜਾ ਸੀ। ਸੋ ਸਰਾਭੇ ਦੇ ਵਿਹਾਰ ਅਤੇ ਵਿਚਾਰਾਂ ਤੋਂ ਸਨਿਆਲ ਨੇ ਅਨੁਮਾਨ ਲਾ ਕੇ ਬੰਦੀ ਜੀਵਨ ਕਿਤਾਬ ਵਿੱਚ ਲਿਖਿਆ ਸੀ
कि जेकर इन्हां विच सच्ची कोई काम करन वाला है तो वह करतार सिंह सराभा है। मैं उस विच जिस तरह का आत्म विश्वास वेख्या है उस तरह का आत्म विश्वास ना होण ते कोई भी व्यक्ति वड्डा कार्ज नहीं कर सकता। दोस्तों करतार सिंह सराभे ने छेती ही अपनी सियाणप हौसले ते दूरदृष्टि नाल साथियों का भरोसा जित लिया ते छोटी उम्र के बावजूद गदर लहर के वड्डे आगू वजो स्थापित हो गया। हालांकि वो उम्र विच सब तो घट सी पर उहदी कमांड हेठ किन्ने ही वड्डी उम्र के गदरी काम करते सी। भाई रणधीर सिंह निरसंदे सराभे तो उम्र विच वड्डे ते वध तालीम याफ्ता इनकलाबी ने सराभे का आदेश मनने विच राही भर भी हिचकचाट नहीं सी उन्होंने विखाई। बाबा सोहण सिंह पकना तो उसनू सदा मेरा जरनैल कह के याद करते सी। बाबा जी लिखते कि उस विच पूर्ण इंसानी सिफतां सी। मैं ख्याल करदा कि दुनिया के इतिहास में इन्नी छोटी उम्र यानी कि 19 साल विच शायद ही कोई जरनैल मिले जो करतार सिंह का सानी होवे। बाबा जी तो यह भी आखते सी कि अमरीका विच लाला हरदयाल नूं गदर लहर नाल जोड़ने विच भी सराभे का ही योगदान सी। इस तो साफ जाहिर है कि गदर पार्टी की स्थापना के पहले दिनों तो ही उस मुछफट गभरू ने अपनी आगू होंद नूं स्थापित कर लिया सी। सराभे दे साथी चंचैया अनुसार सराभा गदरिया विचों सब तो वध खाड़कू ते बुद्धिमान लीडर सी। सो सराभे की इसे जरनैली प्रतिभा ने ही उसनू अंग्रेज़ हकूमत दियां नज़रां विच सब तो खतरनाक बागी बना दिता। सरकार दियां नज़रां विच उसदे इन्ने खतरनाक होण बारे थोड़ा को वेरवा देना जिहड़ा है जी वह जायज़ नहीं होवेगा। सो सजावां दे ऐलान पिछों उन्हां दे मुकदमे की मिसल नू वाइसराय हार्डिंग कोल नज़रसाने लई भेजा गया। लॉर्ड हार्डिंग दे कानूनी सलाहकार सर क्रेडराक ने इस दे बड़ी सख्त टिप्पणी करदिया करतार सिंह नू दोषी गिरदांदिया कहा कि मैं पहला भी उसनू रहम की बिना ते रायत की सिफारिश नहीं सी कीती जिस रहम की उसने मंग भी नहीं कीती। पर मैं उसके केस नू कई बार पढ़न विचारन तो बाद भी स्पष्ट नतीजे ते पहुंचिया कि इसका किसी होर दा असर कबूल ना दा किते दूर दी गल सी। इह तां आप खुद गदर पार्टी दी रूहे रवाए इह करतार सिंह ही सी जिसने विद्यार्थियों नू विगाड़िया पिंगले नाल छौणियां विच घुमिया ते साजिश दे हर दौर ते हर पहलू विच इसका हथ है। और मैं इत्थों तक कह सकदा कि इस मुकदमे दे अदालत विच आउण तो पहला ही उस विच नब्बर दे अति खतरनाक व्यक्ति वजों जाणिया जांदा सी ते इसकी सरगोधे फौजी रसाले तो हुई गिरफ्तारी नाल उन्हां सारिया सुख का सह लिया जिहड़े इस साजिश विचों निकल वाले सिट्टियां तो वाकफ सन जिन्हां विच सरकारी फौजां विच बगावत की पूरी संभावना ते सिंगापुर विच वापरे फौजी बगावत जिहे कांड वापर सकदे सी। सो जाहिर है कि सराभे की जरनैली प्रतिभा नूं दुश्मन भी तुर अंदरों स्वीकार करता सी। सराभे नूं सज़ा सुनाउण वाले जज ने कहा कि करतार सिंह तुमने अंग्रेजी हकूमत के विरुद्ध अते अंग्रेजी राज नू हिंद विचों बाहर कढ़न वास्ते इस साजिश विच हिस्सा लिया या नहीं। तो उस नौजवान ने उत्तर दिता कि हिस्सा तो की मेरा तो धर्म और केवल इको धर्म है कि अपने देश और जाति नू गैरां तो बचाउण दी करा ते मैं अंग्रेज़ां दा खुरा खोज मिटाउण हित सारे ही साधन वरता। अखबारां शस्त्रां अते फौजां विच प्रचार करना मेरा मुख काम ते धर्म है। लो जी ये उत्तर सुन के जजा ने पूछा कि इस बयान दा सिट्टा करतार सिंह पता कि तेनू तेरे वास्ते की निकलेगा। उत्तर मिलिया हाँ मैं जानदा मौत फांसी पर मैं मौत तो डरदा नहीं भय नहीं खांदा। ये एक उम्रता की जेकर अजिहियां सैकड़े उम्र भी मैनू मिलन ता मैनू अपने देश तो कुरबान करनिया पैण ता मैं बड़ी प्रसन्नता दे नाल बड़ी खुशी नाल कुरबान करांगा। तो दोस्तों 13 सितंबर 1915 नूं उहदे मुकदमे का फैसला सुनाया गया जिस विच करतार सिंह सराभे नूं फांसी का हुक्म सुनाया गया। करतार सिंह सराभा ने फांसी का हुक्म सुन के कहा धन्नवाद। फांसी लगण तो दूजे दिन
ਫਾਂਸੀ ਸਮੇਂ ਹਾਜ਼ਰ ਵਾਰਡਰ ਕੱਲਣ ਖਾਨ ਨੇ ਦੂਜੇ ਸਾਥੀਆਂ ਨੂੰ ਦੱਸਿਆ ਕਿ ਕਰਤਾਰ ਸਿੰਘ ਸਰਾਭਾ ਨੇ ਫਾਂਸੀ ਦੇ ਤਖ਼ਤੇ ਉੱਤੇ ਖੜ੍ਹੇ ਹੋ ਕੇ ਅਖੀਰ ਵੇਲੇ ਇਹ ਲਫ਼ਜ਼ ਕਹੇ ਕਿ ਦਰੋਗਾ ਮਤ ਸਮਝ ਕੇ ਕਰਤਾਰ ਸਿੰਘ ਮਰ ਗਿਆ ਹੈ, ਮੇਰੇ ਖੂਨ ਕੇ ਜਿਤਨੇ ਕਤਰੇ ਹੈ ਉਤਨੇ ਕਰਤਾਰ ਸਿੰਘ ਔਰ ਪੈਦਾ ਹੋਵੇਗੇ ਔਰ ਦੇਸ਼ ਕੀ ਆਜ਼ਾਦੀ ਕੇ ਲਈ ਕਾਮ ਕਰੇਂਗੇ। ਲਓ ਜੀ, ਫਾਂਸੀ ਵਾਲੇ ਦਿਨ ਕਰਤਾਰ ਸਿੰਘ ਸਰਾਭਾ ਤੋਲਿਆ ਗਿਆ ਤਾਂ ਉਸਦਾ 7 ਸੇਰ ਵਜ਼ਨ ਪਹਿਲਾਂ ਨਾਲੋਂ ਵੱਧ ਸੀ। ਬਾਬਾ ਸੋਹਣ ਸਿੰਘ ਪੱਕਣਾ ਨੇ ਇੱਕ ਦਿਨ ਕਰਤਾਰ ਸਿੰਘ ਦੀ ਕੋਠੜੀ ਵਿੱਚ ਲਿਖੇ ਸ਼ਬਦ ਕਿ ਸ਼ਹੀਦੋਂ ਕਾ ਖੂਨ ਕਭੀ ਖਾਲੀ ਨਹੀਂ ਜਾਤਾ ਪੜ੍ਹ ਕੇ ਆਖਿਆ, ਕਰਤਾਰ ਇੱਥੇ ਤਾਂ ਹੱਡੀਆਂ ਵੀ ਜੇਲ੍ਹ ਦੇ ਵਿੱਚ ਹੀ ਸਾੜ ਦਿੱਤੀਆਂ ਜਾਂਦੀਆਂ ਨੇ ਤਾਂ ਕਿਸੇ ਨੂੰ ਬਾਹਰ ਪਤਾ ਨਾ ਲੱਗੇ, ਤੂੰ ਲਿਖਿਆ ਹੈ ਕਿ ਸ਼ਹੀਦੋਂ ਕਾ ਖੂਨ ਕਭੀ ਖਾਲੀ ਨਹੀਂ ਜਾਤਾ ਤਾਂ ਕਰਤਾਰ ਸਿੰਘ ਸਰਾਭੇ ਨੇ ਹੱਸ ਕੇ ਜਵਾਬ ਦਿੱਤਾ, ਹਾਂਜੀ ਠੀਕ ਹੀ ਤਾਂ ਲਿਖਿਆ ਹੈ। ਅੱਜ ਜਦੋਂ ਅਸੀਂ ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਸੁਪਨਿਆਂ ਨੂੰ ਘੱਟ ਕੌਡੀਆਂ ਰੁਲਦਿਆਂ ਵੇਖਦੇ ਹਾਂ ਤਾਂ ਇਹਨਾਂ ਦੋਵਾਂ ਇਨਕਲਾਬੀਆਂ ਦੇ ਬਚਨਾਂ ਵਿਚਲੀ ਹਕੀਕਤ ਨੂੰ ਸਮਝਣ ਦੀ ਲੋੜ ਹੈ। ਦੋਸਤੋ, ਅਖੀਰ ਵਿੱਚ ਸਾਨੂੰ ਬਾਬਾ ਸੋਹਣ ਸਿੰਘ ਭਕਣਾ ਦੀ ਲਿਖੀ ਗੱਲ ਨਾਲ ਹੀ ਸਹਿਮਤ ਹੋਣਾ ਪਵੇਗਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜ਼ਿੰਦਗੀ ਦਾ ਚਿੱਤਰ ਖਿੱਚਣਾ ਮੇਰੀ ਕਲਮ ਦੀ ਤਾਕਤ ਤੋਂ ਬਾਹਰ ਹੈ। ਸੋ ਸ਼ਹੀਦ ਕਰਤਾਰ ਸਿੰਘ ਸਰਾਭਾ ਉਹਨਾਂ ਚਿਰ ਨਹੀਂ ਮਰੇਗਾ ਅਤੇ ਉਹਨਾਂ ਚਿਰ ਕਈ ਜਨਮਾਂ ਵਿੱਚ ਆਉਂਦਾ ਰਹੇਗਾ ਜਿੰਨਾ ਚਿਰ ਅਸੀਂ ਉਸਦੇ ਵਿਚਾਰਾਂ ਨੂੰ ਨਹੀਂ ਮਰਨ ਦਿਆਂਗੇ। ਸਰਾਭਾ ਸਾਡੇ ਸੀਨਿਆਂ ਵਿੱਚ, ਸਾਡੀਆਂ ਸੋਚਾਂ ਵਿੱਚ, ਸਾਡੇ ਅਮਲਾਂ ਵਿੱਚ ਜ਼ਿੰਦਾ ਰਹਿਣਾ ਚਾਹੀਦਾ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਉਹ ਭਗਤ ਸਿੰਘ ਦੇ ਰੂਪ ਵਿੱਚ ਜ਼ਿੰਦਾ ਹੋਇਆ ਸੀ। ਸੋ ਇਹਨਾਂ ਸ਼ਬਦਾਂ ਨਾਲ ਉਸ ਮਹਾਨ ਸ਼ਹੀਦ ਦੀ ਯਾਦ ਵਿੱਚ ਸਿਰ ਝੁਕਾਉਣਾ ਅਤੇ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਲੋੜ ਵੱਲ ਵੀ ਧਿਆਨ ਦਿਵਾਉਣਾ। ਪ੍ਰੋਗਰਾਮ ਦਾ ਸਮਾਂ ਸਮਾਪਤ ਹੈ ਜੀ। ਤੁਸੀਂ ਸਾਰੇ ਖੁਸ਼ ਰਹੋ, ਆਬਾਦ ਰਹੋ ਅਤੇ ਮੇਰੇ ਦਿਓ ਆਗਿਆ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।